ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੁੱਖ ਜਿਹੜਾ ਹੈਗਾ ਹੁਣ ਕਿਸਾਨ ਵੀਰ ਜਿਹੜੇ ਮੁੱਖ ਸਮੱਸਿਆ ਹੈਗੀ ਐ ਕਾਲੇ ਤੇ ਚਿੱਟੇ ਤੇਲੇ ਦੀ ਝੋਨੇ ਦੀ ਫਸਲ ਦੇ ਵਿੱਚ ਖਾਸ ਤੌਰ ਤੇ ਇਹਦੇ ਬਾਰੇ ਆਪਾਂ ਨੂੰ ਜਿਹੜਾ ਹੈਗਾ ਅਲਰਟ ਰਹਿਣ ਦੀ ਕਿਸਾਨ ਵੀਰੋ ਜ਼ਰੂਰਤ ਹੈਗੀ ਐ ਕਿ ਆਪਦੀ ਫਸਲ ਦਾ ਡੇਲੀ ਆਪਾਂ ਨਰੀਖਣ ਕਰਨਾ ਇਹਦੇ 2-4 ਕਾਰਨ ਬਣਦੇ ਆ ਕਈ ਸਾਲਾਂ ਦੇ ਵਿੱਚ ਇਹਦੀ ਪੈਸਟ ਆਊਟ ਬ੍ਰੇਕ ਹੋ ਜਾਂਦੀ ਐ ਪੈਸਟ ਦਾ ਜ਼ਿਆਦਾ ਹਮਲਾ ਹੋ ਸਕਦਾ ਤੇ ਕਈ ਸਾਲਾਂ ਚ ਨਾਰਮਲ ਜਿਹੜੀ ਹੈਗੀ ਸਿਚੁਏਸ਼ਨ ਰਹਿੰਦੀ ਹੈ ਕਾਰਨਾਂ ਦੇ ਵਿੱਚ ਹੁੰਦਾ ਹੈ ਇੱਕ ਤਾਂ ਯੂਰੀਆ ਦੀ ਓਵਰਡੋਜ਼ ਆਪ ਵਰਤਣੀ ਜਾਂ ਖੇਤ ਦੇ ਵਿੱਚ ਲਗਾਤਾਰ ਜਿਹੜੀ ਹੈਗੀ ਆ ਜ਼ਿਆਦਾ ਸੈਲ ਰਹਿਣੀ ਨਮੀ ਰਹਿਣੀ ਜ਼ਿਆਦਾ ਸੁਲਵਤਨ ਰਹਿਣੀ ਇਹ ਦੋ ਕਾਰਨ ਜਿਹੜੇ ਹੈਗੇ ਆ ਮੁੱਖ ਤੌਰ ਤੇ ਹੁੰਦੇ ਆ ਤੇ ਜਿਹੜਾ ਟੈਂਪਰੇਚਰ ਹੈ ਟੈਂਪਰੇਚਰ 27 ਤੋਂ 33 ਡਿਗਰੀ ਹੈ ਜਿਹੜਾ ਸਭ ਤੋਂ ਫੇਵਰੇਬਲ ਹੈ ਇਹਦੀ ਮਲਟੀਪਲੀਕੇਸ਼ਨ ਵਾਸਤੇ ਕਿ ਜਿਹਦੇ ਵਿੱਚ ਇਹ ਜ਼ਿਆਦਾ ਵਾਧਾ ਫੁੱਲਦਾ ਆਪਦੀਆਂ ਪੀੜੀਆਂ ਆਪਦੀ ਗਿਣਤੀ ਜਲਦੀ ਵਧਾ ਸਕਦਾ 27 ਤੋਂ ਤੇ 30 ਡਿਗਰੀ ਸੈਂਟੀਗ੍ਰੇਡ ਦੇ ਵਿੱਚ ਤੇ ਇਹਦੇ ਜਿਹੜੇ ਹੈਗੇ ਆ ਖੰਭਾਂ ਵਾਲੀਆਂ ਫਾਰਮਾ ਪੈਦਾ ਹੁੰਦੀਆਂ ਨੇ ਕਿ 27 ਤੋਂ 30 ਡਿਗਰੀ ਸੈਲਸੀਅਸ ਦੇ ਵਿੱਚ ਨਰ ਤੇ ਮਾਦਾ ਜਿਹੜੇ ਪੈਦਾ ਹੁੰਦੇ ਉਹ ਚ 90% ਨਰ ਹੁੰਦੇ ਜਿਹੜੇ ਮੇਲ ਹੁੰਦੇ ਆ ਉਹਨਾਂ ਦੇ ਖੰਭ ਬਣਦੇ ਆ ਤੇ 36% ਜਿਹੜੀਆਂ ਫੀਮੇਲ ਹੁੰਦੀਆਂ ਨੇ ਮਾਦਾ ਹੁੰਦੀਆਂ ਨੇ ਉਹ ਵੀ ਖੰਭਾਂ ਵਾਲੀ ਫਾਰਮ ਦੇ ਵਿੱਚ ਹੁੰਦੀਆਂ ਨੇ ਜਿਵੇਂ ਜਿਵੇਂ ਟੈਂਪਰੇਚਰ ਅੱਪ ਜਾਂਦਾ ਤਾਂ ਇਹਨਾਂ ਦੀ ਜਿਹੜੀ ਮਲਟੀਪਲਾਈ ਕਰਨ ਦੀ ਕਪੈਸਿਟੀ ਘਟਦੀ ਹੈ ਤੇ ਇਹ ਹੌਲੀ ਹੌਲੀ ਮਰਨੇ ਸ਼ੁਰੂ ਹੋ ਜਾਂਦੇ ਜਾਂ ਫਿਰ 27 ਡਿਗਰੀ ਤੋਂ ਜੇ ਡਾਊਨ ਜਾਂਦਾ ਟੈਂਪਰੇਚਰ ਤਾਂ ਫਿਰ ਜਿਹੜੀ ਪੋਪੂਲੇਸ਼ਨ ਇਹਨਾਂ ਦੀ ਡਾਊਨ ਆਉਣੀ ਸ਼ੁਰੂ ਹੋ ਜਾਂਦੀ ਹੈ ਇੱਕ ਹੈਗਾ ਕਿ ਸ਼ੁਰੂ ਦੇ ਵਿੱਚ ਜਿਵੇਂ ਆਪਾਂ ਜਿੱਥੇ ਓਵਰਡੋਜ਼ ਯੂਰੀਆ ਦੀ ਪਾ ਲਈ ਜਾਂ ਆਪਾਂ ਬਿਨਾ ਕਿਸੇ ਜਿਹੜੀ ਜ਼ਰੂਰਤ ਤੋਂ ਜਿਹੜੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਾਂ ਜਾਂ ਆਪਾਂ ਗੈਰ ਸਫਾਰਸ਼ੀ ਕੀਟਨਾਸ਼ਕ ਵਰਤਦੇ ਰਹਿੰਦੇ ਹਾਂ ਜਾਂ ਆਪਾਂ ਜਿਹੜਾ ਤਰੀਕਾ ਜਿਹੜਾ ਕੀਟਨਾਸ਼ਕ ਵਰਤਣ ਦਾ ਕਈ ਕਿਸਾਨ ਵੀ ਕੀ ਕਰਦੇ ਕਿ ਜਿਵੇਂ ਹੁਣ ਜਿਹੜੀ ਥਾਇਮਥਾਕਸਮਾ ਥਾਇਮਥਾਕਸਮਾ ਸਪਰੇਅ ਕਰਨ ਵਾਸਤੇ 50 ਐਮਐਲ ਤੱਕ ਹੁੰਦੀ ਆ ਜਿਹੜੀ ਲਿਕੁਇਡ ਵਰਤਦੇ ਵੈਸੇ ਉਹਦੀ ਰეკਮੈਂਡੇਸ਼ਨ ਹੀ ਹੈਣੀ ਕਿ ਲਿਕੁਇਡ ਦੀ ਪਰ ਜੇ ਵਰਤਦੇ ਆ 40 50 ml ਤੱਕ ਪਰ ਕਈ ਕਿਸਾਨ ਵੀਰ ਐ ਪਿੱਛੇ ਮੈਂ ਦੇਖਿਆ ਕਈ ਦੱਸਦੇ ਸੀਗੇ ਕਿ ਅਸੀਂ ਜਿਹੜੀ ਹੈਗੀ ਆ 3 300 4 400 ml ਥੱਲੇ ਜਿਹੜੀ ਪਾਤੀ ਆ ਤਾਂ ਉਹਦਾ ਜਿਹੜਾ ਹੈਗਾ ਬੜਾ ਨੁਕਸਾਨ ਆ ਬਾਕੀ ਕਈ ਕਿਸਾਨ ਵੀਰ ਐ ਜਿਹੜੇ ਜਿਵੇਂ ਰੇਤਾ ਦੇ ਵਿੱਚ ਲਾਗੇ ਔਰ ਗੈਨੋ ਫਾਸਫੇਟ ਦੇ ਕੈਮੀਕਲ ਪਾਉਣ ਲੱਗ ਪੈਂਦੇ ਨੇ ਇਨਸੈਕਟੀਸਾਈਡ ਪਾਉਣ ਲੱਗ ਪੈਂਦੇ ਆ ਸੋ ਕਿਰਪਾ ਕਰਕੇ ਜਿਹੜੀ ਸਿਫਾਰਿਸ਼ ਕੀਟਨਾਸ਼ਕ ਉਹ ਹੀ ਵਰਤ ਲੋ ਤੁਸੀਂ ਪੋਪੂਲੇਸ਼ਨ ਇਹ ਜੀ ਡਾਊਨ ਆਊ ਜੂਗੀ ਜਿਹੜੇ ਸਫਾਰਸ਼ ਦੇ ਵਿੱਚ ਹੈ ਕਿ ਡਾਈਨੋਟੀਫਰੋਨ ਹੈ ਉਸਹੀ ਨਾਲ ਟੈਕਨੀਕਲ ਹੈ ਫਿਰ ਕੁਝ ਕਿਸਾਨ ਵੀਰ ਕਹਿੰਦੇ ਕਿ ਅਸੀਂ ਸਪਰੇਅ ਕੀਤੀ ਆ 2-3 ਦਿਨ ਹੋ ਗਏ 4 ਦਿਨ ਹੋ ਗਏ ਮਰਿਆ ਨਹੀਂ ਤੇਲਾ ਉਹਦੇ ਵਿੱਚ ਇਹਨਾਂ ਦਾ ਮੋਡ ਆਫ ਐਕਸ਼ਨ ਹੁੰਦਾ ਕਿਸਾਨ ਵੀਰੋ ਜਿਹੜਾ ਜਿਵੇਂ ਉਸਹੀਨ ਹੈ ਡਾਈਨੋਟੀਫਰੋਨ ਇਹਦਾ ਮੋਡ ਆਫ ਐਕਸ਼ਨ ਹੈ ਇਹ ਜਿਹੜਾ ਨਰਵਸ ਸਿਸਟਮ ਤੇ ਕੰਮ ਕਰਦਾ ਹੈ ਜਿਹੜਾ ਨਿਊਰੋਮਸਕੂਲਰ ਸਿਸਟਮ ਤੇ ਨਰਵਸ ਸਿਸਟਮ ਤੇ ਕੰਮ ਕਰਦਾ ਕਿ ਪੈਰਾਲਾਈਸਿਸ ਹੁੰਦੀ ਹੈ ਇਹਨੂੰ ਜਦੋਂ ਇਹ ਸਾਰੇ ਹੀ ਸਿਸਟੈਮਿਕ ਨੇ ਬੂਟੇ ਰਾਈ ਵੀ ਕੰਮ ਕਰਦੇ ਆ ਤੇ ਟ੍ਰਾਂਸਲੇਮੀਨਰ ਮਤਲਬ ਇੱਕ ਪਾਸੇ ਪੱਤੇ ਦੇ ਆਪਸ ਸਪਰੇਅ ਕਰਦੇ ਦੂਜੇ ਪਾਸੇ ਵੀ ਚਲੇ ਜਾਂਦੇ ਤੇ ਸਾਰੇ ਬੂਟੇ ਚ ਵੀ ਫੈਲਦੇ ਆ ਇਹ ਨਰਵਸ ਸਿਸਟਮ ਤੇ ਕੰਮ ਕਰਦਾ ਜਿਹੜਾ ਡਾਈਨੋਟੀਫਰੋਨ ਆ ਸ਼ੀਨ ਵਾਲਾ ਟੈਕਨੀਕਲ ਜਿਹੜੇ ਦੂਸਰੇ ਨੇ ਪਾਈਮੈਟਰੋਜ਼ਨ ਚੈਸ ਜਾਂ ਜਿਹੜਾ ਟਰਾਈਫਲੂਮੇਜ਼ੋਪਾਇਰਨ ਪਾਇਰਮ ਪੈਕਸਾਲੋਨ ਇਹ ਜਿਹੜੇ ਕੰਮ ਕਰਦੇ ਕਿ ਇਹ ਉਹਨਾਂ ਦੀ ਫੀਡਿੰਗ ਇਨਹਿਬਿਸ਼ਨ ਕਿ ਉਹ ਜਦੋਂ ਆਪਾਂ ਸਪਰੇਅ ਕਰਦੇ ਆ ਉਹ ਸਿਸਟੈਮਿਕਲੀ ਸਾਰੇ ਬੂਟੇ ਜਾਂਦੇ ਆ ਤੇ ਉਹ ਤੇਲਾ ਜਿਹੜਾ ਰਸ ਚੂਸ ਨੂੰ ਹਟ ਜਾਂਦਾ ਉਹ ਮਰੇ 2 ਦਿਨ 3 ਦਿਨ 4 ਦਿਨ 5 ਦਿਨ ਭਾਵੇਂ 6 ਦਿਨ ਨਾ ਪਰ ਆਪਣਾ ਨੁਕਸਾਨ ਹੋਂਡ ਹਟ ਜਾਂਦਾ ਸਪਰੇਅ ਕਰਨ ਦਾ ਤਰੀਕਾ ਸਹੀ ਰੱਖਣਾ ਹੈ ਇੱਕ ਤਾਂ ਪਾਣੀ ਪੂਰੀ ਮਾਤਰਾ ਚ 100 ਸਵਾ 100 ਲੀਟਰ ਤੱਕ ਤੁਸੀਂ ਲਾਓ ਜਿਹੜੇ ਤੁਸੀਂ ਫੌਗਰ ਵਰਤਦੇ ਐ ਇੰਜਨ ਵਾਲਾ ਪੰਪ ਵਰਤਦੇ ਐ ਉਹਦੇ ਨਾਲ ਧੁੰਦ ਬਣਦੀ ਉਹਦੇ ਨਾਲ 100 ਲੀਟਰ ਪਾਣੀ ਜੇ ਤੁਸੀਂ 4 ਪੰਪ ਲਾਉਣੇ 100 ਲੀਟਰ ਪਾਣੀ ਨਹੀਂ ਪੂਰਾ ਉਹਦੇ ਨਾਲ ਤਰੀਕੇ ਨਾਲ ਪੈਂਦਾ ਹੈਗਾ ਡ੍ਰਿਫਟ ਲਾਸ ਹੋ ਜਾਂਦਾ ਜੇ ਦਿਨੇ ਸਪਰੇਅ ਕਰਦੇ ਆ ਤਾਂ ਐਵੇਪੋਰੇਸ਼ਨ ਲਾਸ ਹੋ ਜਾਂਦੇ ਆ ਸੋ ਕਿਰਪਾ ਕਰਕੇ ਪਾਣੀ ਥੋੜਾ ਜਿਹਾ ਵੱਧ ਭਰ ਤੋਂ ਹੱਥ ਵਾਲਾ ਬੈਟਰੀ ਵਾਲਾ ਪੰਪ ਕਾ ਜਿਹੜਾ ਵਰਤਣ ਦੀ ਕੋਸ਼ਿਸ਼ ਕਰੋ ਥੱਲੇ ਮੁੱਢਾਂ ਵੱਲੋਂ ਜਿਹੜੀ ਸਪਰੇਅ ਕਰੋ ਤਾਂ ਕਿ ਥੱਲੇ ਤੱਕ ਦਵਾਈ ਪਹੁੰਚੇ ਜੇ ਆਪਾਂ ਉੱਤੇ ਵੀ ਕਰਾਂਗੇ ਸਿਸਟੈਮਿਕ ਨੇ ਪਰ ਜੇ ਥੱਲੇ ਤੱਕ ਦਵਾਈ ਪਹੁੰਚੂਗੀ ਤਾਂ ਨਾਲ ਦੀ ਨਾਲ ਜਿਹੜਾ ਹੈਗਾ ਜਲਦੀ ਬੂਟਿਆਂ ਦੇ ਵਿੱਚ ਫੈਲ ਕੇ ਤੇ ਜਲਦੀ ਇਹਦਾ ਐਕਸ਼ਨ ਸ਼ੁਰੂ ਹੋਊਗਾ ਬਾਕੀ ਇਹਦੇ ਵਿੱਚ ਘਬਰਾਉਣ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਹੈਗੀ ਬਹੁਤੀ ਜ਼ਰੂਰਤ ਨਹੀਂ ਹੈਗੀ ਆਪਾਂ ਇੱਕ ਤਾਂ ਸਪਰੇਅ ਕਰਨ ਦਾ ਤਰੀਕਾ ਗੈਰ ਸਫਾਰਸ਼ੀ ਕੀਟਨਾਸ਼ਕ ਖਾਸ ਤੌਰ ਤੇ ਆਪਾਂ ਵਰਤਣ ਤੋਂ ਜਿਹੜਾ ਗਰੇਜ਼ ਕਰਨਾ ਹੈ ਕਿ ਅਜੇ ਜਿਹੜੀ ਫਸਲ ਆ ਹੋ ਸਕਦਾ ਕਈ ਜਗ੍ਹਾ ਤੇ ਕਿਸੇ ਕਿਸਾਨ ਵੀਰ ਦਾ ਮੀਨਾ ਜਿਹੜਾ ਝੋਨਾ ਲੈਂਦਾ ਕਿਸੇ ਕਿਸਾਨ ਵੀਰ ਦਾ 40 ਦਿਨ ਕਿਸੇ ਦਾ 50 ਦਿਨ ਸੋ ਕਿਰਪਾ ਕਰਕੇ ਜਿਹੜਾ ਹੈਗਾ ਹੁਣੀ ਆਪਾਂ ਜੇ ਥੱਲੇ ਜਿਹੜਾ ਹੈਗਾ ਆਰਗੇਨੋ ਫਾਸਫੇਟ ਜਾਂ ਹੋਰ ਕੋਈ ਗਰੁੱਪ ਦੇ ਜਿਹੜੇ ਕੀਟਨਾਸ਼ਕ ਥੱਲੇ ਆਪਾਂ ਸਿੱਟਣ ਲੱਗ ਪਾਂਗੇ ਜਾਂ ਪਾਣੀ ਰਾਈ ਪਾਉਣ ਲੱਗ ਪਾਂਗੇ ਤਾਂ ਉਹਦੇ ਵਿੱਚ ਆਪਾਂ ਨੂੰ ਜਿਆਦਾ ਪ੍ਰੋਬਲਮ ਜਿਹੜੀ ਹੈਗੀ ਅੱਗੇ ਸਮੱਸਿਆ ਖੜੀ ਹੋ ਸਕਦੀ ਹੈ ਸਿਫਾਰਿਸ਼ ਕੀਟਨਾਸ਼ਕ ਵਰਤੋ ਜਿਹੜਾ ਵਰਤਣ ਦਾ ਤਰੀਕਾ ਤੇ ਡੋਜ਼ ਸਹੀ ਰੱਖੋ ਸਪਰੇ ਜਿਹੜੀ ਤੁਸੀਂ ਕੋਸ਼ਿਸ਼ ਕਰੋ ਦਿਨੇ ਦੁਪਹਿਰੇ ਨਾ ਕਰੋ ਬਾਅਦ ਦੁਪਹਿਰ ਜਿਹੜਾ ਸ਼ਾਮ ਨੂੰ ਕਰੋ ਤਾਂ ਉਹ ਬੈਸਟ ਟਾਈਮ ਹੁੰਦਾ ਆਪਣਾ 3-4 ਵਜੇ ਤੋਂ ਬਾਅਦ ਜਿਹੜੀ ਹੈਗੀ ਸਪਰੇ ਕਰੋ ਪਾਣੀ ਪੂਰਾ ਵਰਤੋ ਡੋਜ਼ ਸਹੀ ਵਰਤੋ ਤੇ ਥੋੜਾ ਜਿਹਾ ਜਿੱਥੇ ਜ਼ਿਆਦਾ ਤੁਹਾਨੂੰ ਅਟੈਕ ਲੱਗਦਾ ਥੋੜਾ ਪਾਣੀ ਘਟਾ ਦਿਓ ਚਾਰਕ ਦਿਨ ਜਿਹੜਾ ਹੈਗਾ ਪਾਣੀ ਕੋਸ਼ਿਸ਼ ਕਰੋ ਕਿ ਪਾਣੀ ਰੋਕ ਦਿਓ ਖੇਤ ਗਿੱਲਾ ਰਵੇ ਕਿਉਂਕਿ ਕਈ ਥਾਵਾਂ ਤੇ ਫਲਾਵਰਿੰਗ ਵੇਰਾ ਦੀ ਕੋਈ ਜਿਹੜੀ ਹੈਗੀ ਐ process ਚੱਲ ਰਹੀ ਐ ਫਸਲ ਦੇ ਵਿੱਚ ਤਾਂ ਖੇਤ ਗਿੱਲਾ ਰੱਖੋ ਕੋਈ واਟਰ ਸਟ्रेस ਨਾ ਹੋਵੇ ਤਾਂ ਤੁਸੀਂ ਪਾਣੀ ਥੋੜਾ ਰੋਕ ਸਕਦੇ ਆ ਚਾਰਕ ਦਿਨ ਜਿੱਥੇ ਜ਼ਿਆਦਾ ਹਮਲਾ ਹੈਗਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ